ਤੇ ਦੀਨਾਨਗਰ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਦੂਜੇ ਕਰਜ਼ਾ ਮਾਫ਼ੀ ਸਮਾਗਮ ਵਿੱਚ 211 ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦਾ ਸਰਟੀਫਿਕੇਟ ਦਿੱਤੇ ਗਏ ਹਨ। ਇਸ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਦੂਜੇ ਪੜਾਅ ਵਿੱਚ ਸਹਿਕਾਰੀ ਮਹਿਕਮਾ ਦੇ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੀਨਾਨਗਰ ਸਬ ਡਿਵੀਜ਼ਨ ਵਿੱਚ ਹੁਣ ਤੱਕ ਕਰੀਬ 121 ਕਰੋੜ ਰੁਪਏ ਤੱਕ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਅਰੁਣਾ ਚੌਧਰੀ ਨੇ ਜ਼ੁਲਮਾਂ ਤੇ ਲੁਭਾਵਨਾ ਚੋਗਾ ਦੱਸਿਆ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਕਾਰਜਕਾਲ ਸਿਰਫ 1 ਮਹੀਨੇ ਦਾ ਰਹਿ ਗਿਆ ਤੇ ਇਸ ਦੌਰਾਨ ਉਹ ਬਜਟ ਨੂੰ ਕਿਸ ਤਰ੍ਹਾਂ ਲਾਗੂ ਕਰਨਗੇ। ਉਹਨਾਂ ਕਿਹਾ ਕਿ ਲੋਕਾਂ ਨਾਲ ਜੋ ਉਹਨਾਂ ਨੇ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਤਾਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇ ਨਾਂ ਤੇ 6,000 ਰੁਪਏ ਦੇ ਕੇ ਉਹਨਾਂ ਦਾ ਮਜ਼ਾਕ ਉਡਾਇਆ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਬਜਟ ਦਿਸ਼ਾਹੀਣ ਹੈ ਅਤੇ ਇਸਦਾ ਕੋਈ ਮਤਲਬ ਹੀ ਨਹੀਂ ਹੈ। ਸੈਕਿੰਡ ਫੇਜ਼ ਜਿਹੜਾ ਸੀ ਉਹਦੀ ਅੱਜ ਸਮਾਰੋਹ ਸੀ। ਉਸ ਸਮਾਗਮ ਦੇ ਵਿੱਚ ਅੱਜ ਤੱਕ ਅਸੀਂ 121 ਕਰੋੜ ਗੁਰਦਾਸਪੁਰ ਔਰ ਦੀਨਾਨਗਰ ਸਬ ਡਿਵੀਜ਼ਨ ਦਾ ਅਸੀਂ ਲੈ ਚੁੱਕੇ ਹਾਂ, ਵੰਡ ਚੁੱਕੇ ਹਾਂ ਲੋਕਾਂ ਦੇ ਵਿੱਚ। ਸੋ ਸਰਕਾਰ ਦੀ ਨੀਅਤ ਵਿੱਤੀ ਸੰਕਟ ਹੋਣ ਦੇ ਬਾਵਜੂਦ ਇਹ ਰਹੀ ਹੈ ਕਿ ਕਿਸਾਨ ਭਰਾਵਾਂ ਦਾ ਜਿਹੜਾ ਆ ਕਰਜ਼ਾ ਇਹ ਦੂਰ ਹੋਣਾ ਚਾਹੀਦਾ। ਪਹਿਲੇ ਪੜਾਅ 'ਚ ਅਸੀਂ 2.5 ਏਕੜ ਜਾਂ ਉਸ ਤੋਂ ਘੱਟ ਕਿਸਾਨਾਂ ਨੂੰ ਲਿਆ ਸੀ ਔਰ ਸੈਕਿੰਡ ਫੇਜ਼ ਦੇ ਵਿੱਚ ਅਸੀਂ 5 ਏਕੜ ਦੇ ਕਿਸਾਨ ਜਿਹੜੇ ਆ ਉਹਨਾਂ ਦਾ ਕਰਜ਼ਾ ਮਾਫ਼ ਕੀਤਾ। ਸੋ ਸਰਕਾਰ ਇਹ ਚਾਹੁੰਦੀ ਹੈ ਔਰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਕਿਸਾਨਾਂ ਦਾ ਦੁੱਖ ਦਰਦ ਕੀ ਹੈ। 4 ਫਸਲਾਂ ਅੱਜ ਤੱਕ ਚੁੱਕੀਆਂ ਨੇ ਸਰਕਾਰ ਨੇ ਔਰ ਕਿਸੇ ਵੀ ਕਿਸਾਨ ਵੀਰ ਨੂੰ, ਕਿਸੇ ਕਿਸਾਨ ਭਰਾ ਨੂੰ ਮੰਡੀਆਂ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ, ਨਾ ਹੀ ਉਹਨਾਂ ਨੂੰ ਮੰਡੀਆਂ ਦੇ ਵਿੱਚ ਰੁਲਣਾ ਪਿਆ। ਜਿਵੇਂ ਕਿ ਪਿਛਲੇ ਸਰਕਾਰਾਂ ਦੇ ਵਿੱਚ 10-10 ਦਿਨ ਮੰਡੀ ਦੇ ਵਿੱਚ ਬੈਠੇ ਰਹਿੰਦੇ ਸੀ ਤਾਂ ਵੀ ਉਹਨਾਂ ਦੀ ਪੇਮੈਂਟ ਜਿਹੜੀ ਸੀ ਉਹ ਨਹੀਂ ਹੁੰਦੀ ਸੀ। ਸੋ ਇਸ ਕਰਕੇ ਸਰਕਾਰ ਚਾਹੁੰਦੀ ਹੈ ਕਿ ਹਰ ਵਰਗ ਨੂੰ ਇਹ ਜਿਹੜਾ ਹੈ ਹਰ ਤਰ੍ਹਾਂ ਦੀ ਜਿਹੜੀ ਵੀ ਉਹਨਾਂ ਨੇ ਫੈਸਲੇ ਕੀਤੇ ਸੀ ਜਾਂ ਜਿਹੜੀ ਕਿ ਇਲੈਕਸ਼ਨਾਂ ਤੋਂ ਪਹਿਲੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਾਂਗੇ। ਔਰ ਜਿਵੇਂ ਕਿ ਬੁਢਾਪਾ ਪੈਨਸ਼ਨ ਹੈ, ਜੇ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ, ਬੁਢਾਪਾ ਪੈਨਸ਼ਨ ਵੀ 500 ਤੋਂ ਵਧਾ ਕੇ 750 ਕੀਤੀ ਗਈ ਔਰ ਸ਼ਗਨ ਸਕੀਮ ਆਸ਼ੀਰਵਾਦ ਸਕੀਮ ਜਿਹੜੀ ਹੈ ਉਹ ਵੀ 15,000 ਤੋਂ ਵਧਾ ਕੇ 21,000 ਕਰ ਦਿੱਤੀ ਗਈ। ਹੁਣ ਰੀਸੈਂਟਲੀ ਮੇਰੇ ਵਿਭਾਗ ਵੱਲੋਂ 1,40,000 ਸਾਈਕਲਾਂ ਲੜਕੀਆਂ ਨੂੰ ਦਿੱਤੀਆਂ ਗਈਆਂ ਜਿਹੜੀਆਂ +1 +2 ਦੇ ਵਿੱਚ ਪੜ੍ਹਦੀਆਂ ਨੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਇਹ ਸਾਈਕਲਾਂ ਜਿਹੜੀਆਂ ਨੇ ਵੰਡੀਆਂ ਜਾ ਰਹੀਆਂ। ਇਹ ਤੇ ਇੱਕ ਲੁਭਾਵਨਾ ਬਜਟ ਸੀ, ਇੱਕ ਜੁਮਲਾ ਬਜਟ ਸੀ। 1 ਮਹੀਨਾ ਰਹਿ ਗਿਆ ਉਹਨਾਂ ਦੀ ਸਰਕਾਰ ਨੂੰ ਤੇ 1 ਮਹੀਨੇ ਦੇ ਵਿੱਚ ਉਹ ਕਿਵੇਂ ਆਪਣਾ ਇਹ ਬਜਟ ਕਿਵੇਂ ਲਾਗੂ ਕਰਨਗੇ, ਇਹ ਤੇ ਜਸਟ ਇੱਕ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਗਲਤ ਫਹਿਮੀ ਚ ਪਾਉਣ ਵਾਸਤੇ ਹੈਗਾ। 15 ਲੱਖ ਰੁਪਇਆ ਜਿਹੜਾ ਉਹਨਾਂ ਨੇ ਕਿਹਾ ਸੀ ਵਾਅਦਾ ਕੀਤਾ ਸੀ ਉਹ ਤੇ ਅੱਜ ਤੱਕ ਪੂਰਾ ਨਹੀਂ ਹੋਇਆ, ਲੇਕਿਨ ਹਾਂ 6,000 ਰੁਪਇਆ ਕਿਸਾਨਾਂ ਦਾ ਦੇ ਕੇ ਇੱਕ ਬਹੁਤ ਹੀ ਇੱਕ ਮਜ਼ਾਕ ਉਡਾਇਆ ਗਿਆ ਕਿਸਾਨਾਂ ਦਾ, ਕਿਸਾਨ ਵੀਰਾਂ ਦਾ। ਸੋ ਇਸ ਤਰ੍ਹਾਂ ਦਾ ਬਜਟ ਜਿਹੜਾ ਆ ਬਿਲਕੁਲ ਦਿਸ਼ਾਹੀਣ ਹੈ, ਇਹਦਾ ਕੋਈ ਮਤਲਬ ਨਹੀਂ। ਮੇਰਾ ਨਾਮ ਸਰਦਾਰ ਮਹਿੰਦਰ ਸਿੰਘ, ਪਿੰਡ ਮੰਦਣਾਵਾੜੀ ਦਾ ਰਹਿਣ ਵਾਲਾ ਮੈਂ, ਤੇ ਮੇਰਾ ਜਿਹੜਾ ਹੈ ਅੱਜ ਕਰਜ਼ੇ ਦਾ ਕਰਜ਼ਾ ਮਾਫ਼ੀ ਦੇ ਸੈਂਕਸ਼ਨ ਅਤੇ ਸਮਕਸ਼ਨ ਹੋਇਆ ਸੀ, ਫੰਕਸ਼ਨ ਵਿੱਚ ਅਸੀਂ ਆਏ ਸੀ ਤੇ ਸਾਡਾ ਜਿਹੜਾ ਕਰਜ਼ਾ ਆ ਕੈਪਟਨ ਸਰਕਾਰ ਨੇ ਮਾਫ਼ ਕੀਤਾ ਆ, ਸਾਡਾ 1 ਲੱਖ ਦੇ ਕਰੀਬ ਜਿਹੜਾ ਆ ਉਹ ਕਰਜ਼ਾ ਮਾਫ਼ ਹੋਇਆ ਆ। ਸਰਕਾਰ ਨੇ ਸਾਡੇ ਜਿਹੜੀ ਆ ਬਹੁਤ ਵੱਡਿਆ ਗਏ ਸਾਨੂੰ ਇਹ ਜਿਹੜਾ ਕਰਜ਼ਾ ਮਾਫ਼ ਕਰਕੇ ਤੇ ਰਾਹਤ ਦਿੱਤੀ ਆ। ਬਾਕੀ ਸਰਦਾਰ ਕੈਪਟਨ ਸਰਕਾਰ ਵੱਲੋਂ ਸਾਨੂੰ ਐਰਗਾ ਮੰਡੀਆਂ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ, ਪੈਸਾ ਵੀ ਸਮੇਂ ਸਿਰ ਮਿਲਦਾ ਆ, ਸਾਡੇ ਜਿਹੜੇ ਫਸਲ ਦੇ ਦਾਣੇ ਸੀ ਜਿਹੜੇ ਉਹ ਵੀ ਟਾਈਮ ਨਾਲ ਚੁੱਕੇ ਗਏ, ਤੇ ਇਸ ਕਰਕੇ ਇਸ ਤਰ੍ਹਾਂ ਦਾ ਜੇ ਮਾਹੌਲ ਠੀਕ ਠਾਕ ਬਣਿਆ ਰਹੇਗਾ ਤੇ ਸਾਨੂੰ ਅੱਗੇ ਤੋਂ ਸਰਕਾਰ ਜਿਹੜੀ ਕਾਂਗਰਸ ਜਿਹੜੀ ਆ ਉਹ ਬਕਾਇਦਾ ਹੀ ਕਿਸੇ ਨੇ ਬਣ ਕੇ ਰਹੇਗੀ। ਫਿਰ ਕੀ ਬਿਨਾਂ ਪੱਖਪਾਤ ਦੇ ਕਰਜ਼ਾ ਮਾਫ਼ ਹੋ ਰਿਹਾ?
ਹਾਂਜੀ ਬਿਨਾਂ ਪੱਖਪਾਤ ਤੋਂ ਇਹ ਨਹੀਂ ਆ ਕਿ ਜੋ ਕਾਂਗਰਸ ਦਾ ਬੰਦਾ ਹੈ ਉਹਦਾ ਨਹੀਂ, 5 ਏਕੜ ਤੱਕ ਜਿਹੜਾ ਬੰਦਾ ਆ 5 ਏਕੜ ਦੇ ਥੱਲੇ ਜਿਹੜਾ ਆ ਉਹਦਾ ਸਾਰਿਆਂ ਦਾ ਹੀ ਮਾਫ਼ ਹੋ ਰਿਹਾ ਆ, ਉਹਦੇ ਵਿੱਚ ਕਿਸੇ ਦਾ ਕੋਈ ਵੱਖਵਾਦ ਨਹੀਂ ਹੈਗਾ।